ਕਰਦੇ ਹਾਂ ਸਾਰੇ ਜਣੇ ਵਧੀਆ ਹੋਵੋਗੇ, ਵਧੀਆ ਚਾਹੀਦੇ ਹੋ। ਅੱਜ ਬੜੇ ਚਿਰ ਬਾਅਦ ਆਇਆ ਕੈਮਰੇ ਦੇ ਸਾਹਮਣੇ, ਥੋੜ੍ਹਾ ਜਿਹਾ ਉੱਪਰਾ ਜਿਹਾ ਫੀਲ ਹੋ ਰਿਹਾ ਹੈਗਾ। ਅਤੇ ਆਪਣਾ ਬੈਕਗਰਾਊਂਡ ਸਾਰਾ ਚੇਂਜ ਹੋ ਗਿਆ, ਸਾਰਾ ਚੇਂਜ ਆ ਬੈਕਗਰਾਊਂਡ। ਆਪਾਂ ਕਹਿੰਦੇ ਕਿੱਥੇ ਪਹੁੰਚ ਗਏ, ਕਹਿੰਦੇ ਉੱਥੇ ਪਹੁੰਚ ਗਏ ਜਿੱਥੇ ਪਿਛਲੇ ਸਾਲ ਹੱਥੂ 'ਚ ਗਿੜਦਾ ਪਾਉਂਦੇ ਫਿਰਦੇ ਸੀ। ਅਤੇ ਜਿਨ੍ਹਾਂ ਨੇ ਤਾਂ ਪਿਛਲੇ ਵਲੋਗ ਦੇਖੇ ਨੇ ਗੇ ਉਹਨਾਂ ਨੂੰ ਤਾਂ ਪਤਾ ਹੋਊ। ਅਤੇ ਥੋੜ੍ਹੀ ਜਿਹੀ ਆਵਾਜ਼ ਇਗਨੋਰ ਕਰਿਓ ਕਿਉਂਕਿ ਭਈਏ ਬੈਠੇ ਨੇ ਮੋਟਰ 'ਤੇ, ਅਤੇ ਥੋੜ੍ਹਾ ਜਿਹਾ ਆਵਾਜ਼ ਨੂੰ ਇਗਨੋਰ ਕਰਿਓ। ਜਿਨ੍ਹਾਂ ਨੇ ਤਾਂ ਪਿਛਲੇ ਵਲੋਗ ਦੇਖੇ ਨੇ ਉਹਨਾਂ ਨੂੰ ਤਾਂ ਪਤਾ ਹੋਊਗਾ ਵੀ ਇਹ ਕਿੱਥੇ ਆ ਗਏ। ਜਿਨ੍ਹਾਂ ਨੇ ਨਹੀਂ ਦੇਖੇ ਉਹਨਾਂ ਨੂੰ ਆਪਾਂ ਨਵੇਂ ਵਲੋਗ ਵਾਲਿਆਂ ਨੂੰ ਦੱਸ ਦਿੰਦੇ ਹਾਂ, ਨਵੇਂ ਸ਼ਹਿਰ ਆਏ ਆਪਾਂ, ਇੱਕ ਕੱਦੂ 'ਚ ਫੇਰ ਹੋਰੂ ਪੈਣਾ ਪੂਰਾ। ਅਤੇ ਪਹਿਲਾਂ ਜਿਹੜੇ ਵਲੋਗ ਕਿਉਂ ਨਹੀਂ ਆਏ 2-3 ਮਹੀਨੇ, ਉਹਦਾ ਵੀ ਆਪਾਂ ਰੀਜ਼ਨ ਦੱਸਦੇ ਹਾਂ ਤੁਹਾਨੂੰ। ਇੱਕ ਯਾਰ ਇੱਥੇ ਮਾਹੌਲ ਵਾਲਾ ਸਿਰਾ ਗਾ ਮੇਨ ਕਾਰਨ ਮੇਰਾ, ਆਹ ਜਗ੍ਹਾ 'ਤੇ ਆਉਣ ਦਾ ਮਾਹੌਲ ਵਾਲਾ ਸਿਰਾ ਇੱਥੇ। ਅਤੇ ਲੋਕਾਂ ਦਾ ਬਹੁਤ ਫਰਕ ਆ ਆਪਣੇ ਏਰੀਏ ਦੇ ਨਾਲੋਂ, ਬਰਨਾਲਾ ਏਰੀਏ ਦੇ ਨਾਲੋਂ ਲੋਕਾਂ ਦਾ ਬਹੁਤ ਜ਼ਿਆਦਾ ਫਰਕ ਆ ਇੱਥੇ। ਅਤੇ ਮਾਹੌਲ ਕਰਕੇ ਮੈਨੂੰ ਥੋੜ੍ਹਾ ਜਿਹਾ ਵੱਧ ਅੰਦਰੋਂ ਖਿੱਚ ਪੈਂਦੀ ਆ, ਆਟੋਮੈਟਿਕੀ ਮਨ 'ਚੋਂ ਵੀ ਚੱਲ ਚੱਲੀ ਆ ਉੱਥੇ, ਮਨ ਇੱਥੇ ਨਹੀਂ ਕੰਮ ਲੋਟ ਆਉਣਾ। ਅਤੇ ਇਹ ਚੀਜ਼ ਦਾ ਹੋਇਆ। ਅਤੇ ਬਾਕੀ ਚਲੋ ਫਿਰ ਹੁਣ ਤੁਹਾਨੂੰ ਆਪਾਂ ਸੈਟਅਪ ਕਰ ਲਈਏ ਕਿਹੜਾ ਕੈਮਰੇ ਦਾ ਸਾਰਾ, ਇੱਥੇ ਟਰਾਈਪੋਡੀ ਅਤੇ ਸੈਟਅਪ ਕਰ ਲਈਏ ਸਾਰਾ, ਫਿਰ ਤੁਹਾਨੂੰ ਆਪਾਂ ਦੱਸਦੇ ਹਾਂ ਵੀ ਪਿਛਲੇ 2-3 ਮਹੀਨਿਆਂ ਤੋਂ ਵਲੋਗ ਕਿਉਂ ਨਹੀਂ ਆ ਰਹੇ, ਕੀ ਕਾਰਨ ਸੀ, ਇਹ ਸਾਰਾ ਕੁਝ ਦੱਸਦੇ ਹਾਂ। ਅਤੇ ਚਲੋ ਫਿਰ ਮਿਲਦੇ ਹਾਂ ਤੁਹਾਨੂੰ ਆਪਾਂ ਅੱਗੇ। ਅਤੇ ਲਓ ਵੀ ਹੁਣ ਆਪਾਂ ਤੁਹਾਨੂੰ ਦੱਸਣ ਲੱਗਦੇ ਹਾਂ ਪਿਛਲੇ ਕੁਝ 2-3 ਮਹੀਨਿਆਂ ਦੇ ਕਾਰਨ। ਅਤੇ ਇੱਕ ਥੋੜ੍ਹਾ ਜਿਹਾ ਆਪਾਂ ਮੋਟਰ 'ਤੇ ਆ ਕੇ ਤਾਂ ਕਰਨਾ ਕਈ ਚੀਜ਼, ਕਿਉਂਕਿ ਇੱਥੇ ਸ਼ਾਂਤੀ ਹੈਗੀ, ਥੋੜ੍ਹਾ ਨਜ਼ਾਰਾ ਆ ਰਿਹਾ ਇੱਥੇ, ਹੁਣ ਠੰਡੀ ਹਵਾ ਚੱਲ ਰਹੀ ਆ, ਪੂਰਾ ਸਕੂਨ ਮਿਲਦਾ ਯਾਰ ਇੱਥੇ ਮਨ ਨੂੰ। ਜਦੋਂ ਕੋਈ ਜਿਵੇਂ ਹੁਣ ਤਾਂ ਚੱਲ ਮੋਟਰ ਦੇ ਭਈਏ ਆਏ ਹੋਏ ਨੇ, ਜਦੋਂ ਨਾ ਹੋਵੇ ਕੋਈ ਇੱਥੇ ਸ਼ਾਂਤੀ, ਜਦੋਂ ਬੈਠਾ ਹੋਵੇ ਨਾ ਬੰਦਾ ਇਕੱਲਾ, ਇੰਨਾ ਸਵਾਦ ਆਉਂਦਾ ਨਾ ਬੈਠਣ ਦਾ, ਮੈਂ ਕਹਿੰਦਾ ਗੱਲਾਂ ਹੀ ਛੱਡ ਦਿੰਦੇ ਯਾਰ ਬੰਦੇ ਦੇ। ਜਾਣੀ ਜਿਹੜੇ ਵੀ ਮਨ 'ਚ ਇੱਕ ਦੂਜੇ ਪ੍ਰਤੀ ਗੁੱਸੇ ਗਿਲੇ ਹੁੰਦੇ ਨੇ ਜਾਂ ਸਾਰਾ ਕੁਛ ਵੀ ਹੁੰਦਾ, ਬਸ ਬੰਦਾ ਕੇਰਾ ਦਿਮਾਗ ਰੀਫਰੈਸ਼ ਹੋ ਜਾਂਦਾ ਸਾਰਾ ਇੱਥੇ ਬੈਠ ਕੇ। ਜਦੋਂ ਅੱਧਾ ਘੰਟਾ ਬਹਿੰਦਾ ਬੰਦਾ, ਪੂਰਾ ਨਜ਼ਾਰਾ ਆਉਂਦਾ ਇੱਥੇ। ਅਤੇ ਚਲੋ ਆਪਣਾ ਤਾਂ ਹੁਣ ਚਲੋ ਹੈ ਨਹੀਂ ਖੇਤੀ ਪੱਤੀ ਦਾ ਪਿੰਡ, ਤਾਂ ਕਰਕੇ ਥੋੜ੍ਹਾ ਜਿਹਾ ਆਪਾਂ ਉੱਥੇ ਨਹੀਂ ਰਹਿੰਦੇ। ਜੇ ਚੱਲ ਆਪਣਾ ਹੁੰਦਾ ਖੇਤੀ ਪੱਤੀ ਤਾਂ ਫਿਰ ਆਪਾਂ ਇੱਥੇ ਨਹੀਂ ਸ਼ਾਇਆ ਕਰਦੇ, ਫਿਰ ਆਪਾਂ ਆਪਣੀ ਖੇਤੀ ਪੱਤੀ ਕਰਦੇ, ਤਾਂ ਕਰਕੇ ਆਪਾਂ ਹੁਣ ਇੱਥੇ ਹੀ ਆਉਣੇ ਹਾਂ। ਇੱਥੇ ਮਾਮੇ ਹੁਣਾਂ ਨਾਲ ਕਰਾ ਲਈਏਗਾ, ਕਿਉਂ ਇੱਕ ਤਾਂ ਹੁਣ ਆਇਆ ਯਾਰ ਵੀ ਘਰ ਵਿਹਲੇ ਫਿਰੀ ਜਾਂਦੇ ਹਾਂ, ਇੱਥੇ ਕੰਮ ਕਾਰ ਲੱਗੇ ਰਹਿੰਦੇ ਹਾਂ। ਇਹ ਸਾਰਿਆਂ ਨੂੰ ਜਿਹੜੇ ਮੇਰੀ ਚਣੀ ਜਿਹੜੇ ਹੈਗੇ ਨੇ ਆ 16, 17, 18, 19, 20 ਸਾਲਾਂ ਵਾਲੀ ਉਮਰ ਵਾਲੀ, ਜਿਹੜੇ ਆਹ ਟਾਈਮ 'ਚ ਆਪਦੇ ਸਰੀਰ ਨੂੰ ਕੰਮ 'ਚ ਲਾ ਲੈਣਗੇ ਤਾਂ ਉਹ ਆਉਣ ਵਾਲੇ ਟਾਈਮ 'ਚ ਕੰਮ 'ਚ ਲੱਗੇ ਰਹਿਣਗੇ। ਜੇ ਜਾਣੀ ਉਹਨਾਂ ਨੇ ਪਾਲਿਆ ਗੇੜਾ ਫੇੜਾ, ਜਾਣੀ ਦੋਸਤਾਂ ਮਿੱਤਰਤਾ ਨਾਲ ਕਦੇ ਇੱਧਰ ਨੂੰ ਘੁੰਮਣ ਵਗ ਕੇ ਕਦੇ ਉੱਧਰ ਨੂੰ ਘੁੰਮਣ ਵਗ ਕੇ, ਜੋ ਐਂ ਤੋਰੇ ਫਿਰੇ 'ਤੇ ਜਾਣੀ ਤੁਰੇ ਫਿਰਨਗੇ, ਮੀਨਜ਼ ਕਿ ਵੀ ਅਵਾਰਾ ਗਰਦੀਆਂ ਕਰਦੇ ਫਿਰਨਗੇ, ਤਾਂ ਉਹਨਾਂ ਦਾ ਕੁਛ ਨਹੀਂ ਬਣਨਾ ਆਉਣ ਵਾਲੇ ਟਾਈਮ 'ਚ। ਮੈਂ ਮੇਨ ਗੱਲ ਜਿਹੜੀ ਮੈਂ ਸੋਚੀ ਵੀ ਆ ਜਾਣੀ ਜਿੱਥੋਂ ਤੱਕ, ਕਿਉਂਕਿ ਚੱਲ ਹੁਣ ਫਿਰ ਵੀ ਹਜੇ ਮੈਂ ਜ਼ਿੰਦਗੀ ਮੇਰੀ ਬਹੁਤ ਪਈ ਆ, ਜਿੱਥੋਂ ਤੱਕ ਮੈਂ ਹਜੇ ਆਹ 2-3 ਮਹੀਨਿਆਂ 'ਚ ਜੋ ਕੁਛ ਸਿੱਖਿਆ ਗਾ ਕੈਮਰਾ ਬੰਦ ਕਰਕੇ, ਜੋ ਜਦੋਂ ਮੈਂ ਕੈਮਰਾ ਨਹੀਂ ਹੁੰਦਾ ਸੀ ਮੇਰੇ ਕੋਲ, ਜੋ ਕੁਛ ਮੈਂ ਆਹ 2-3 ਮਹੀਨਿਆਂ 'ਚ ਸਿੱਖਿਆ ਗਾ ਮੈਂ ਤੁਹਾਡੇ ਨਾਲ, ਉਹ ਚੀਜ਼ਾਂ ਹੀ ਦੱਸ ਰਿਹਾ ਹੁਣ ਸਾਰੀਆਂ। ਮੈਂ 2-3 ਮਹੀਨਿਆਂ 'ਚ ਜਾਣੀ ਨਾਲ ਫਿਰ ਤੁਰ ਕੇ ਵੀ ਦੇਖ ਲਿਆ ਦੋਸਤਾਂ ਮਿੱਤਰਤਾ ਦੇ, ਜਾਣੀ ਤਕਰੀਬਨ ਜੇ ਦੋਸਤ ਮਿੱਤਰ ਤੁਹਾਡੇ ਨਾਲ 50-60 ਤੁਰਦੇ ਨੇ ਗੇ, ਉਹਨਾਂ 'ਚ ਤੁਹਾਡੇ ਨਾਲ 10 ਹੀ ਕੰਮ ਆਉਣ ਵਾਲੇ ਨੇ ਜਿਹੜੇ ਕਿ ਮੌਕੇ 'ਤੇ ਕੰਮ ਆਉਣਗੇ। ਅਤੇ ਜੇ ਆਪਾਂ ਘਰ ਕੰਮ ਕਾਰ ਕਰਾਂਗੇ, ਆਪਦੇ ਘਰਦਿਆਂ ਨਾਲ ਖੇਤੀ ਪੱਤੀ ਕਰਾਵਾਂਗੇ ਜਾਂ ਘਰ ਮਾੜਾ ਮੋਟਾ ਘਰਦਿਆਂ ਨਾਲ ਟਾਈਮ ਸਪੈਂਡ ਕਰਾਂਗੇ, ਇੱਕ ਤੁਸੀਂ ਇਹ ਗੱਲ ਦੇਖ ਲਿਓ ਘਰਦੇ ਹਮੇਸ਼ਾ ਤੁਹਾਡੇ ਨਾਲ ਖੜਨਗੇ, ਚਾਹੇ ਕਿਹੜਾ ਮਰਜ਼ੀ ਟਾਈਮ ਆ, ਤੁਹਾਡਾ ਦੋਸਤ ਮਿੱਤਰ ਕੋਈ ਨਹੀਂ ਨਾਲ ਖੜੂਗਾ ਤੁਹਾਡੇ। ਅਤੇ ਇਹ ਚੀਜ਼ ਕਰਕੇ ਘਰਦੇ ਘਰ ਕੰਮ ਕਾਰ ਕਰਿਆ ਕਰੋ, ਬਾਹਰੇ ਕੋਈ ਫਾਇਦਾ ਨਹੀਂ ਹੈਗਾ ਯਾਰ ਤੁਰਨ ਫਿਰਨ ਦਾ। ਜੇ ਨਾਲੇ ਇੱਕ ਮੇਨ ਗੱਲ, ਜੇ ਤੁਸੀਂ ਪੈਸਾ ਖਵਾਈ ਚੱਲੋਗੇ ਜੋ ਦੋਸਤ ਮਿੱਤਰ ਤੁਹਾਨੂੰ, ਸਾਰੇ ਤੁਹਾਡੇ ਨਾਲ ਤੁਰਨਗੇ। ਜਦੋਂ ਤੁਸੀਂ ਉਹਨਾਂ ਨੂੰ ਪੈਸੇ ਤੁੱਕਣ ਨੂੰ ਜਵਾਬ ਦੇਤਾ, ਉਦਣ ਹੀ ਤੁਹਾਡਾ ਸੈਡ ਖਹਿੜਾ ਛੱਡ ਦੇਣਗੇ ਉਹ 50-60, ਸਿਰਫ ਔਰ ਸਿਰਫ ਜਿਹੜੇ ਮੈਂ ਤੁਹਾਨੂੰ 10 ਜਣੇ ਦੱਸੇ ਨੇ ਉਹੀ ਤੁਹਾਡੇ ਨਾਲ ਖੜਨਗੇ ਉਹ ਟਾਈਮ, ਜਦੋਂ ਤੁਸੀਂ ਪੈਸੇ ਖਵਾਉਣੋਂ ਹਟ ਗਏ।
ਉਹ ਵੀ ਕਿਸੇ ਕਿਸੇ ਦੇ 10 ਹੁੰਦੇ ਨੇ ਵਿੱਚ ਖੜਨ ਵਾਲੇ, ਕਿਸੇ ਕਿਸੇ ਦੇ ਉਹ ਵੀ ਨਹੀਂ ਹੁੰਦੇ 10 ਖੜਨ ਵਾਲੇ, ਸਾਰੇ ਖਾਣ ਵਾਲੇ ਹੁੰਦੇ ਨੇ। ਤਾਂ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਯਾਰ ਜ਼ਿਆਦਾਤਰ ਘਰ ਕੰਮ ਕਰਿਆ ਕਰੋ, ਕਿਉਂ ਇੱਕ ਤਾਂ ਐਂ ਆ ਸਰੀਰ ਫਿੱਟ ਰਹਿੰਦਾ ਗਾ, ਆਹ ਉਮਰ 'ਚ ਜੇ ਆਪਾਂ ਕੰਮ ਕਰਾਂਗੇ ਸਰੀਰ ਓਨਾ ਹੀ ਫਿੱਟ ਰਹਿੰਦਾ ਗਾ। ਆਉਣ ਵਾਲੇ ਟਾਈਮ 'ਚ ਵੀ ਜਿਵੇਂ ਹੁਣ ਬੁਢਾਪੇ 'ਚ ਜਾ ਕੇ ਜਾਣੀ ਹਜੇ ਤਾਂ ਚੱਲ ਉਮਰ ਪਈ ਆਪਣੀ ਬਹੁਤ ਪਈ ਹੈਗੀ, ਜਾਣੀ ਤਕਰੀਬਨ ਜਦੋਂ ਬੰਦਾ 50 ਸਾਲਾਂ ਤੋਂ ਟੱਪਣ ਲੱਗ ਜਾਂਦਾ, 50-55 ਸਾਲਾਂ ਤੋਂ, ਉਦੋਂ ਸਰੀਰ ਫਿਰ ਔਖਾ ਹੋਣ ਲੱਗ ਜਾਂਦਾ ਛੇਤੀ। ਜੇ ਬੰਦੇ ਦਾ ਸਰੀਰ ਸ਼ੁਰੂ ਤੋਂ ਪੂਰਾ ਵੱਡਿਆ ਹੋਵੇ ਕੰਮ 'ਚ ਤਾਂ ਉਹਦਾ ਸਰੀਰ ਫਿੱਟ ਰਹਿੰਦਾ ਉਹ ਉਮਰ 'ਚ ਜਾ ਕੇ ਵੀ, ਜਾਣੀ ਇੰਨੇ ਧੱਕੇ ਨਹੀਂ ਖਾਂਦਾ ਹੈਗਾ, ਉਹ ਵਧੀਆ ਸੈੱਟ ਰਹਿੰਦਾ ਗਾ। ਅਤੇ ਬਾਕੀ ਇੱਕ ਇਹ ਚੀਜ਼ ਆ ਯਾਰ, ਆਪਾਂ ਨਜ਼ਾਰੇ ਨਾਲ ਆਪਦੇ ਖੇਤ 'ਚ ਕੰਮ ਕਰਦੇ ਹਾਂ, ਕਿਸੇ ਦੇ ਥੱਲੇ ਨਹੀਂ ਲੱਗਣਾ ਪੈਂਦਾ ਹੈਗਾ ਜੇ ਆਪਾਂ ਖੇਤ 'ਚ ਕੰਮ ਕਰਾਂਗੇ ਆਪਦੀ, ਇਹ ਚੀਜ਼ ਮੇਨ ਹੋ ਗਈ। ਅਤੇ ਬਾਕੀ ਹੋਰ ਯਾਰ ਬਹੁਤ ਗੱਲਾਂ ਨੇਗੀਆਂ ਜਾਣੀ ਕਰਨ ਵਾਲੀਆਂ, ਜੋ ਹੁਣ ਮਾਣੀ ਜਾਣੀ ਜਿਹੜੀਆਂ ਮੇਰੇ ਮਨ 'ਚ ਯਾਦ ਪਈਆਂ ਸੀ ਗੱਲਾਂ ਵੀ ਜਾਣੀ ਜਿਹੜੀਆਂ ਹੁਣ ਤਾਜ਼ੀਆਂ ਚੱਲ ਰਹੀਆਂ ਸੀ ਉਹ ਮੈਂ ਤੁਹਾਨੂੰ ਦੱਸਤੀਆਂ। ਜਿਹੜੀਆਂ ਗੱਲਾਂ ਜਾਣੀ ਹੋਰ ਵੀ ਹੋਣਗੀਆਂ, ਹਜੇ ਤਾਂ ਮੇਰੀ ਉਮਰ 'ਚ ਕੋਈ ਵੀ ਨਹੀਂ ਹੋਈ ਹੈਗੀ, ਹਜੇ ਤਾਂ ਮੇਰੇ ਜਿਹੜੇ ਵਿੱਚ ਬੰਦੇ ਹੈਗੇ ਨੇਗੇ ਉਹਨਾਂ ਨੂੰ ਬਹੁਤ ਐਕਸਪੀਰੀਅੰਸ ਹੋਊਗਾ ਇਹ ਚੀਜ਼ਾਂ ਦਾ। ਹੋਰ ਵੀ ਜਿਹੜੇ ਜਾਣੀ ਵਿੱਚ ਅੱਧੇ ਕਮੈਂਟ ਕਰਨ ਵਾਲੇ ਵੀ ਆਉਣਗੇ ਵੀ ਤੂੰ ਐਂ ਕਰਦਾ ਐਂ ਕਰਦਾ ਐਂ ਕਰਦਾ, ਹੁਣ ਅੱਧੇ ਬੰਦੇ ਜਿਨ੍ਹਾਂ ਨੇ ਚੱਲ ਜਿਹੜੇ ਤਾਂ ਹੈਗੇ ਨੇਗੇ ਨਿਆਣੇ, ਉਹਨਾਂ ਨੂੰ ਤਾਂ ਕੀ ਪਤਾ ਲੱਗਣਾ, ਜਿਹੜੇ ਹੈਗੇ ਨੇ ਵਧੀਆ ਉਮਰ ਵਾਲੇ ਸਿਆਣੇ ਵਾਲੇ ਨੇਗੇ, ਉਹਨਾਂ ਨੂੰ ਇਹ ਗੱਲਾਂ ਦਾ ਬਹੁਤ ਫਰਕ ਪਊਗਾ। ਨਹੀਂ ਅੱਧੇ ਮੇਰੀ ਆਹ ਗੱਲਾਂ ਸੁਣ ਕੇ ਪੱਕਾ ਮਨੋ ਮਣੀ ਆਪਦਾ ਗੱਲਾਂ ਬਹੁਤ ਗੰਦੀਆਂ ਸੋਚ ਰਹੇ ਹੋਣਗੇ ਉਹ ਆਪਦਾ ਮਨੋ ਮਣੀ ਵੀ ਇਹਨੂੰ ਹੋਰ ਕੋਈ ਕੰਮ ਨਹੀਂ ਹੈਗਾ, ਐਂ ਕਰਨ ਲੱਗ ਗਿਆ ਐਂ ਕਰਨ ਲੱਗ ਗਿਆ ਐਂ ਕਰਨ ਲੱਗ ਗਿਆ, ਇਹ ਚੀਜ਼ਾਂ ਸੋਚ ਰਹੇ ਹੋਣਗੇ ਆਪਦੇ ਮਨੋ ਮਣੀ। ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਗਾ ਵੀ ਆਪਦਾ ਘਰ ਕੰਮ ਕਾਰ ਕਰੋਗੇ, ਨਾਲੇ ਤਾਂ ਦੁਨੀਆਂ ਦੇ ਲੋਕਾਂ ਤੋਂ ਬਚੇ ਰਹੋਗੇ, ਕਿਉਂਕਿ ਲੋਕਾਂ ਦਾ ਬਹੁਤ ਯਾਰ, ਲੋਕਾਂ ਨੇ ਜੇ ਤੁਸੀਂ ਚੰਗੀ ਜ਼ਿੰਦਗੀ ਜਿਉਣੀ ਉਹਨਾਂ ਨੇ ਚੰਗੀ ਵੀ ਨਹੀਂ ਜਿਉਣ ਦੇਣੀ, ਜੇ ਤੁਸੀਂ ਮਾੜੀ ਜ਼ਿੰਦਗੀ ਜਿਉਣੀ ਉਹਨਾਂ ਨੇ ਤੁਹਾਨੂੰ ਮਾੜੀ ਵੀ ਨਹੀਂ ਜਿਉਣ ਦੇਣੀ। ਆਰੀ ਦੇ ਇੱਕ ਪਾਸੇ ਦੰਦੇ ਹੁੰਦੇ ਨੇ, ਜਹਾਨ ਦੇ ਦੋਵੇਂ ਪਾਸੇ ਹੁੰਦੇ ਨੇ, ਇਹ ਚੀਜ਼ ਤੁਹਾਨੂੰ ਪਤਾ ਹੋਊ, ਪੁਰਾਣੀ ਕਹਾਵਤ ਆ ਇਹ ਸਿਆਣਿਆਂ ਦੀ ਕਹੀ ਵੀ। ਅਤੇ ਮੈਂ ਤੁਹਾਨੂੰ ਉਹੀ ਚੀਜ਼ਾਂ ਕਹਿ ਰਿਹਾ, ਬਾਕੀ ਤੁਸੀਂ ਯਾਰ ਜਿਹੜੇ ਹੁਣ ਲਿਹਾਜ਼ ਰੱਖਦੇ ਹੋ ਹਮੇਸ਼ਾ ਵਾਸਤੇ ਸਿਆਣਿਆਂ ਨਾਲ ਲਿਹਾਜ਼ ਰੱਖੋ, ਕਿਉਂਕਿ ਤੁਸੀਂ ਸਿਆਣੀਆਂ ਚੀਜ਼ਾਂ ਸਿੱਖੋਗੇ ਜੇ ਸਿਆਣੇ ਨਾਲ ਲਿਹਾਜ਼ ਰੱਖੋਗੇ। ਜੇ ਤੁਸੀਂ ਉਈ ਪਿੰਡ ਦੇ ਉਈ ਅਵਾਰਾ ਜਾਂ ਨਾਲ ਫਿਰੀ ਜਾਓਗੇ ਤੁਹਾਨੂੰ ਕੋਈ ਕੰਮ ਦੀ ਚੀਜ਼ ਨਹੀਂ ਸਿੱਖਣ ਨੂੰ ਮਿਲਣੀ ਹੈਗੀ। ਅਤੇ ਆਉਣ ਵਾਲੇ ਟਾਈਮ 'ਚ ਤੁਸੀਂ ਜਾਣੀ ਪੁੱਠੇ ਸਿੱਧੇ ਕੰਮ ਹੀ ਕਰੀ ਜਾਓਗੇ, ਕੋਈ ਫਾਇਦਾ ਨਹੀਂ ਹੋਣਾ ਹੈਗਾ ਤੁਹਾਡਾ ਜ਼ਿੰਦਗੀ ਦੇ ਆਇਆਂ ਦਾ, ਜਿੰਨਾ ਟਾਈਮ ਤੁਸੀਂ ਕੋਈ ਚੰਗੇ ਕੰਮ ਨਹੀਂ ਕਰਦੇ ਉਨਾ ਟਾਈਮ ਕੋਈ ਫਾਇਦਾ ਨਹੀਂ ਹੈਗਾ। ਇਹ ਜਾਣੀ ਮੈਂ ਵੀ ਅੱਜ ਤੋਂ 2-3 ਮਹੀਨੇ ਪਹਿਲਾਂ ਬਹੁਤ ਬੁਰਾ ਹਾਲ ਸੀਗਾ, ਜਾਣੀ ਚੱਲ ਇੰਨਾ ਤਾਂ ਕਾਹਨੂੰ ਆਪਾਂ ਸੁੱਖ ਨਾਲ ਘਰਦਿਆਂ ਨੇ ਚੰਗੇ ਸੰਸਕਾਰਾਂ ਕਰਕੇ ਬਚੇ ਵੇ ਸੀਗੇ, ਫਿਰ ਵੀ ਆਪਾਂ ਜਾਣੀ ਇਹੀ ਕਹਿ ਰਹੇ ਹਾਂਗੇ ਵੀ ਤੁਸੀਂ ਘਰਦਿਆਂ ਦੀ ਗੱਲ ਮੰਨਿਆ ਕਰੋ। ਅਤੇ ਬਾਕੀ ਇੱਕ ਸਾਰਿਆਂ ਨੂੰ ਮੇਨ ਚੀਜ਼ ਤੁਹਾਨੂੰ ਜਿਹੜੇ ਜਿਹੜੇ ਲੋਕਾਂ ਤੋਂ ਬਚਾਉਣਾ, ਸਾਰਿਆਂ ਨੂੰ ਮੇਨ ਚੀਜ਼ ਤੁਸੀਂ ਡੇਲੀ ਸਵੇਰੇ ਸ਼ਾਮ ਪਾਠ ਕਰਿਆ ਕਰੋ, ਤੁਹਾਡਾ ਆਟੋਮੈਟਿਕ ਦਿਮਾਗ ਲੋਕਾਂ ਤੋਂ ਪਰੇ ਹੋਣ ਲੱਗ ਜਾਣਾ, ਤੁਸੀਂ ਜਿਹੜੇ ਜਿਹੜੇ ਚੰਗੇ ਲੋਕ ਨੇ ਤੁਹਾਡਾ ਉਹਨਾਂ ਨਾਲ ਮਿਲ ਵਰਤਣ ਰਹਿ ਜੂਗਾ, ਜਿਹੜੇ ਤੁਹਾਡੇ ਨਾਲ ਖਾਣ ਸੂਣ ਰਹਿਣਗੇ ਕੋਈ ਨਹੀਂ ਤੁਹਾਡੇ ਨਾਲ ਰਹਿਣਾ, ਤਾਂ ਤੁਹਾਡੇ ਆਟੋਮੈਟਿਕ ਦਿਮਾਗ 'ਚ ਚੰਗੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਣੀਆਂ। ਜਿਹੜਾ ਜਾਣੀ ਅਵਾਰਾ ਗਰਦੀ ਵਾਲਾ ਕੀੜਾ ਜਾਂ ਘੁੰਮਣ ਫਿਰਨ ਵਾਲਾ ਜਾਂ ਪੈਸੇ ਬਰਬਾਦ ਕਰਨ ਵਾਲਾ, ਸਾਰੇ ਕੀੜੇ ਤੁਹਾਡੇ ਦਿਮਾਗ 'ਚੋਂ ਨਿਕਲ ਜਾਣਗੇ ਆਟੋਮੈਟਿਕ ਜਦੋਂ ਤੁਸੀਂ ਘਰ ਆਪਦਾ ਪਾਠ ਕਰੋਗੇ, ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਂਗੇ ਅਤੇ ਜਦੋਂ ਟਾਈਮ ਲੱਗਦਾ ਸੇਵਾ ਕਰਵਾ ਜਾਂਦੀ ਅਤੇ ਤੁਹਾਡੀ ਜ਼ਿੰਦਗੀ ਵੀ ਜਮ੍ਹਾਂ ਯਾਰ ਸੁੱਖ ਦੀ ਜ਼ਿੰਦਗੀ ਲੰਘੂ ਜੇ ਤੁਸੀਂ ਇਹ ਕੰਮ ਕਰੋਗੇ। ਬਾਕੀ ਜੇ ਕਿਸੇ ਨੂੰ ਨਹੀਂ ਯਕੀਨ ਹੈਗਾ ਤਾਂ ਤੁਸੀਂ ਜਿਹੜੇ ਤਾਂ ਚੱਲ ਸਿਆਣੀ ਗੱਲ ਸੁਣ ਕੇ ਐਂ ਕਹਿੰਦੇ ਹੋਣਗੇ ਤਾਂ ਉਈ ਭੌਂਕੀ ਜਾਂਦਾ ਐਂ ਕਰੀ ਜਾਂਦਾ ਹੈਗਾ, ਜਿਨ੍ਹਾਂ ਨੂੰ ਇਹ ਮੇਰੀ ਗੱਲ ਐਂ ਲੱਗਦੀ ਹੈ ਨਾ ਉਹ 3 ਮਹੀਨੇ ਜਾਂ 4 ਮਹੀਨੇ ਪਾਠ ਕਰਕੇ ਦੇਖਣ ਲਗਾਤਾਰ ਸਵਾਦ ਹੀ ਆ ਜੂ ਜ਼ਿੰਦਗੀ ਜਿਉਣ ਦਾ। ਯਾਰ ਮੈਂ ਹੁਣ 2-3 ਮਹੀਨੇ ਪਹਿਲਾਂ ਮੈਂ ਕੁਛ ਨਹੀਂ ਸੀ ਕਰਦਾ, ਮੈਂ ਤੁਹਾਨੂੰ ਐਵੇਂ ਕਹਿਦਾ ਨਾ ਮੈਂ ਪਾਠ ਕਰਦਾ ਹੁੰਦਾ ਨਾ ਕੁਛ ਹੋਰ ਕਰਦਾ ਹੁੰਦਾ ਜੀ, ਆਹ 2-3 ਮਹੀਨਿਆਂ ਦਾ ਮੈਂ ਲਗਾਤਾਰ ਜਿਉਂ ਪਾਠ ਕਰਨ ਲੱਗਿਆ ਗਾ, ਵਿੱਚ ਤਾਂ ਅੱਧੇ ਐਂ ਕਹਿੰਦੇ ਹੋਣਗੇ ਵੀ ਖਾਣੀ ਇਹ ਦੱਸਦਾ ਵੀ ਮੈਂ ਪਾਠ ਕਰਦਾ ਗਾ, ਜਾਣੀ ਪਾਠ ਕਰਨ ਲੱਗਿਆ ਗਾ ਮੈਨੂੰ ਇੰਨਾ ਯਾਰ ਨਜ਼ਾਰਾ ਆ ਰਿਹਾ ਜ਼ਿੰਦਗੀ ਜਿਉਣ ਦਾ ਜਿੰਨਾ ਕਹਿ ਦੂ। ਨਾਲੇ ਤਾਂ ਐਂ ਆ ਆਪਾਂ ਜੇ ਪਾਠ ਕਰਾਂਗੇ ਡੇਲੀ
ਲੋਕਾਂ ਦੀ ਨਿਗ੍ਹਾ 'ਚ ਚੰਗੇ ਹਾਂਗੇ, ਸਾਰਿਆਂ ਦੀ ਜਿਹੜੇ ਸਿਆਣੇ ਨੇਗੇ ਉਹਨਾਂ ਦੀ ਨਿਗ੍ਹਾ 'ਚ ਆਪਾਂ ਚੰਗੇ ਹਾਂਗੇ, ਨਹੀਂ ਪਿੰਡ ਦੇ ਲੋਕ ਅਸੀਂ ਕਹੀ ਜਾਂਦੇ ਨੇ ਆਹ ਕਿੱਥੇ ਤੁਰੇ ਫਿਰਦੇ ਨੇ ਕੁੱਤੇ। ਪਿੰਡ ਦੇ ਲੋਕਾਂ ਦਾ ਆਹੀ ਕੰਮ ਹੁੰਦਾ ਗਾ ਹਮੇਸ਼ਾ ਵਾਸਤੇ, ਮੈਂ ਤੁਹਾਨੂੰ ਇਹੀ ਕਹਿਣਾ। ਜਾਂ ਜਿਹੜੇ ਬਾਹਰ ਲੋਕ ਤੁਰੇ ਫਿਰਦੇ ਨੇ ਸਾਰੇ ਅਸੀਂ ਕਹਿੰਦੇ ਹੁੰਦੇ ਨੇਗੇ, ਜੇ ਪਾਠ ਕਰੋਗੇ ਤਾਂ ਤੁਸੀਂ ਸਾਰਾ ਕੁਛ ਤੁਹਾਨੂੰ ਕੋਈ ਨਹੀਂ ਮਾੜਾ ਕਹੂ ਪਿੰਡ 'ਚ, ਅਤੇ ਤੁਹਾਡੇ ਘਰ ਦੇ ਸੁੱਥ ਪੂਰਾ ਖੁਸ਼ ਹੋਣਗੇ ਜੇ ਤੁਸੀਂ ਪਾਠ ਕਰੋਗੇ। ਤੁਹਾਨੂੰ ਕਹਿਣ ਦੀ ਲੋੜ ਨਹੀਂ, ਤੁਹਾਨੂੰ ਚੀਜ਼ ਪਹਿਲਾਂ ਮਿਲਿਆ ਗੁਰੂ ਹਰ ਇੱਕ। ਜੇ ਤੁਸੀਂ ਸਾਰਾ ਕੁਛ ਕੰਮ ਕਾਰ ਘਰਦਿਆਂ ਦੇ ਨਾਲ ਕਰਵਾਵੋ, ਪਾਠ ਕਰੋ, ਸਾਰਾ ਕੁਛ ਕਰੋ, ਅਤੇ ਆਹੀ ਚੀਜ਼ਾਂ ਸੀ ਜਾਣੀ ਜਿਹੜੀਆਂ ਮੇਨ ਮੇਰੇ ਨਾਲ ਵਾਪਰ ਚੁੱਕੀਆਂ ਨੇਗੀਆਂ। ਹਜੇ ਤਾਂ ਜਾਣੀ ਮੇਰੀ ਉਮਰ ਕੋਈ ਨਹੀਂ ਹੈਗੀ, 20-22 ਸਾਲਾਂ ਦੀ, 19-20 ਸਾਲਾਂ ਦੀ ਉਮਰ ਹੀ ਹਜੇ ਮੇਰੀ। ਹਜੇ ਤਾਂ ਮੇਰੀ ਜ਼ਿੰਦਗੀ ਨੇ ਬਹੁਤ ਤਜਰਬੇ ਸਿਖਾਉਣੇ ਨੇ ਮੈਨੂੰ, ਅਤੇ ਜਿਨ੍ਹਾਂ ਨੂੰ ਹੋਰ ਵੀ ਗੱਲਾਂ ਹੋਈਆਂ ਜਾਂ ਸਿਆਣੀਆਂ ਗੱਲਾਂ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ। ਜਿਹੜੇ ਮੈਥੋਂ ਗੱਲਾਂ ਗਲਤ ਕਹੀਆਂ ਹੈਗੀਆਂ ਉਹ ਵੀ ਮਾਫੀ ਦਿੱਤੀ ਜਾਵੇ, ਮਾਫ਼ ਕੀਤਾ ਜਾਵੇ ਜੋ ਮੈਥੋਂ ਗਲਤ ਬੋਲਿਆ ਗਿਆ ਹੋਵੇ ਕਿਸੇ ਬਾਰੇ। ਅਤੇ ਮੈਂ ਤਾਂ ਤੁਹਾਨੂੰ ਜਾਣੀ ਸਾਰਿਆਂ ਨੂੰ ਇਹੀ ਚੀਜ਼ ਕਹਿਣਾ ਚਾਹੁੰਦਾ ਹੈਗਾ ਯਾਰ, ਵੀ ਤੁਸੀਂ ਚੰਗੇ ਰਾਹ ਤੁਰੋ, ਪਾਠ ਕਰਿਆ ਕਰੋ, ਸਾਰਿਆਂ ਦੀ ਨਿਗ੍ਹਾ 'ਚ ਤੁਸੀਂ ਸਹੀ ਰਹੋਗੇ ਜੇ ਤੁਸੀਂ ਇਹ ਕਰੋਗੇ। ਅਤੇ ਜਾਣੀ ਆਹੀ ਮੇਰੇ 2-3 ਮਹੀਨੇ ਵਲੋਗ ਨਾ ਆਉਣ ਦਾ ਕਾਰਨ ਇਹੀ ਸੀਗਾ ਮੇਰਾ। ਮੈਂ ਜਾਣੀ ਸਾਰਿਆਂ ਨਾਲ, ਮੈਨੂੰ ਜਿੰਨੇ ਨਾਲ ਮਿਲ ਵਰਤਣ ਸੀਗਾ, ਕੋਈ ਕੁਛ ਕਰਦਾ ਸੀ, ਕੋਈ ਕੁਛ ਕਰਦਾ ਸੀਗਾ, ਜਾਣੀ ਆਹ 2-3 ਮਹੀਨੇ ਤਾਂ ਮੈਂ ਪਰਖ ਕੇ ਦੇਖਿਆ ਲੋਕ ਕੌਣ ਕੀ ਕਰਦਾ ਕੌਣ ਕੀ ਕਰਦਾ। ਬਹੁਤ ਬੁਰਾ ਹਾਲ ਹੋਇਆ 2-3 ਮਹੀਨਿਆਂ 'ਚ ਮੇਰਾ। ਪਹਿਲਾਂ ਤਾਂ ਦਿਮਾਗ ਜਾਣੀ ਕੁਛ ਹੋਰ ਹੀ ਹੋਈ ਜਾਇਆ ਕਰਨਾ, ਅਤੇ ਪਰ ਜਾਣੀ ਇੰਨਾ ਵੀ ਜੇ ਬੰਦਾ ਬਾਹਲਾ ਭਕਾਈ ਮਾਰਦਾ ਗਾ ਜਦੋਂ ਇਹ ਸਾਰੀਆਂ ਲਾਈਨਾਂ 'ਤੇ ਤੁਰਨ ਲੱਗ ਜੂ, ਉਹ ਆਟੋਮੈਟਿਕ ਸੀਰੀਅਸ ਰਹਿਣ ਲੱਗ ਜੂ ਬੰਦਾ। ਜਾਣੀ ਉੱਦਾਂ ਸੀਰੀਅਸ ਨਹੀਂ ਵੀ ਊਈਂ ਦਿਮਾਗੀ ਤੌਰ 'ਤੇ ਅਪਸੈੱਟ ਹੋ ਜੂਗਾ, ਵੀ ਉਹ ਚੰਗੀਆਂ ਗੱਲਾਂ ਕਰਨ ਲੱਗ ਜੂ, ਸਿਆਣਾ ਬਣ ਜੂਗਾ ਆਟੋਮੈਟਿਕ, ਸਿਆਣਾ ਦੇ ਵਿੱਚ ਖੜਿਆ ਕਰੂ, ਸਿਆਣੀ ਗੱਲ ਕਹਿ ਕਰੂ ਉਹਨਾਂ ਨੂੰ ਸਾਰਿਆਂ ਨੂੰ। ਇਹੀ ਫਰਕ ਆ ਜਾਣੀ, ਜੇ ਬਾਕੀ ਸਿਆਣੇ ਬੰਦਿਆਂ 'ਚ ਖੜੋਗੇ ਤੁਸੀਂ ਤਾਂ ਤੁਹਾਨੂੰ ਆਟੋਮੈਟਿਕ ਸਿਆਣੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ, ਅਤੇ ਜੇ ਤੁਸੀਂ ਕਮਲਿਆਂ 'ਚ ਖੜੋਗੇ ਕਮਲੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ ਤੁਹਾਨੂੰ। ਅਤੇ ਮੇਰਾ ਜਾਣੀ ਕਹਿਣ ਦਾ ਫਰਜ਼ ਸੀਗਾ ਇਹ, ਵੀ ਜਿਹਨੇ ਇਹ ਚੀਜ਼ ਦੇਖ ਕੇ ਸਿੱਖ ਲਿਆ ਕੁਛ ਉਹ ਤਾਂ ਚਲੋ ਬਾਹਲੀ ਵਧੀਆ ਗੱਲ ਆ, ਜਿਹਨੇ ਮੰਨਣੀ ਇਹ ਗੱਲ ਮੰਨੋ, ਜਿਹਨੇ ਨਹੀਂ ਮੰਨਣੀ ਨਾ ਮੰਨੋ, ਕਿਸੇ 'ਤੇ ਕੋਈ ਦਬਾਅ ਨਹੀਂ ਹੈਗਾ। ਬਸ ਮੈਂ ਤੁਹਾਨੂੰ ਇੱਕ ਤਜਰਬਾ ਦੱਸ ਰਿਹਾ ਆਪਦੀ ਜ਼ਿੰਦਗੀ ਦਾ ਵੀ ਕੀ ਕੁਛ ਹੋ ਰਿਹਾ ਇੱਥੇ। ਬਾਕੀ ਇੱਕ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊ ਵੀ ਟਾਈਮ ਬਹੁਤ ਮਾੜਾ ਚੱਲ ਰਿਹਾ, ਕਿਸੇ 'ਤੇ ਵਿਸ਼ਵਾਸ ਕਰਨ ਦਾ ਟਾਈਮ ਨਹੀਂ ਹੈਗਾ, ਵੀ ਜਾਣੀ ਇਹ ਚੀਜ਼ਾਂ ਤੋਂ ਬਚੇ ਰਹੋਗੇ ਜੇ ਤੁਸੀਂ ਸਵੇਰੇ ਸ਼ਾਮ ਪਾਠ ਕਰੋਗੇ। ਅਤੇ ਚਲੋ ਫਿਰ ਮੈਂ ਆਹੀ 2-5-7 ਗੱਲਾਂ ਸੀਗੀਆਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਮੈਂ, ਅਤੇ 2-3 ਮਹੀਨੇ ਵਲੋਗ ਨਾ ਆਉਣ ਦਾ ਕਾਰਨ ਵੀ ਇਹੀ ਸੀਗਾ। ਅਤੇ ਚਲੋ ਫਿਰ ਹੁਣ ਤੁਹਾਨੂੰ ਕਾਰਨ ਕਾਰਨ ਦੱਸਤੇ ਆਪਾਂ, ਅਤੇ ਵਲੋਗ ਦਾ ਫਿਰ ਇੱਥੇ ਐਂਡ ਕਰਦੇ ਹਾਂ ਆਪਾਂ। ਅਤੇ ਇੱਦੂ ਗਾਹਾਂ ਲਈ ਵਲੋਗ ਸਾਨੂੰ ਪੂਰੇ ਘੈਂਟ ਮਿਲਣਗੇ ਯਾਰ, ਤੁਸੀਂ ਬਸ ਹੁਣ ਪਿਆਰ ਦੇ ਸਪੋਰਟ ਬਣਾ ਕੇ ਰੱਖਿਓ, ਵਲੋਗ ਨੂੰ ਦੱਬ ਕੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ। ਹੁਣ ਤਾਂ ਜਾਣੀ ਮੈਨੂੰ ਪਤਾ ਜਦੋਂ ਬੰਦਾ ਸੀਰੀਅਸ ਗੱਲਾਂ ਵਾਲਾ ਵਲੋਗ ਪਾਵੇ ਜਾਂ ਸੀਰੀਅਸ ਗੱਲਾਂ ਦੱਸੇ, ਵਲੋਗ ਚੜ੍ਹਦਾ ਨਹੀਂ ਹੁੰਦਾ ਹਮੇਸ਼ਾ ਵਾਸਤੇ। ਜਦੋਂ ਤੁਸੀਂ ਕੋਈ ਖੇਤ ਖੱਪ ਪਾਉਂਦੇ ਹੋ, ਟਰੈਕਟਰ ਇੱਧਰ ਨੂੰ ਕਰਤਾ, ਟਰੈਕਟਰ ਉੱਧਰ ਨੂੰ ਕਰਤਾ, ਟਰਾਲੀ ਵੱਡੀ ਪਾ ਲਈ, ਫਲਾਨਾ ਕਰ ਲਿਆ, ਉਦੋਂ ਵਲੋਗ ਆਟੋਮੈਟਿਕ ਚੜੂਗਾ, ਇਹ ਚੀਜ਼ਾਂ ਦਾ ਮੈਨੂੰ ਪਤਾ। ਪਰ ਮੈਂ ਜਾਣੀ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਸੀ ਇਹ ਗੱਲਾਂ ਵੀ, ਕਿਉਂਕਿ ਜਿਹੜੇ ਜਵਾਕ ਨੇ ਕਿ ਛੋਟੀ ਉਮਰ ਵਾਲੇ ਉਹ ਸਿੱਖ ਸਕਣ ਦੇ ਇਹ ਚੀਜ਼ਾਂ ਤੋਂ ਸਿੱਖ ਸਕਦੇ ਨੇ ਬਹੁਤ ਕੁਝ। ਅਤੇ ਬਸ ਆਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ, ਗਾਹਾਂ ਵਲੋਗ ਪੂਰੇ ਸਿਰਾ ਆਉਣਗੇ, ਪੂਰਾ ਧੱਕ ਪਾਵਾਂਗੇ ਆਪਾਂ, ਅਤੇ ਵਾ ਬਣੇ ਰਿਹੋ, ਅਤੇ ਇੰਸਟਾ 'ਤੇ ਵੀ ਕਰ ਲਿਓ ਆਪਾਂ ਨੂੰ ਫੋਲੋ ਸਾਰੇ ਜਾਣੇ, ਧਾਲੀਵਾਲ ਵਲੋਗਸ 0414 ਗੀ ਆਪਣੀ ਆਈ ਡੀ ਇੰਸਟਾਗ੍ਰਾਮ 'ਤੇ। ਅਤੇ ਚਲੋ ਫਿਰ ਮਿਲਾਂਗੇ ਹੁਣ ਤੁਹਾਨੂੰ ਅਗਲੇ ਵਲੋਗ 'ਚ।